ਤਮਾਮ ਦੋਸਤਾਂ ਨੂੰ ਵੱਡਿਆਂ ਦਿੱਤਿਆਂ ਬਜ਼ੁਰਗਾਂ ਨੂੰ ਦਰਸ਼ਨ ਦੀ ਤਰਫੀ ਸਲਾਮਾਂ ਲੱਗੀ। ਇਹ ਦੇਖੋ ਤੁਸੀਂ, ਮੈਂ ਹੁਣੇ ਬੱਸ ਰੋਲੇ ਸ਼ਹਿਰ 'ਚ ਖਲੋਤੇ ਹਾਂ। ਇਹ ਮੇਰੇ ਪਿੱਛੇ ਜਿਹੜਾ ਫੋਟੋ ਨਜ਼ਰ ਆ ਰਿਹਾ, ਇਹ ਉਸ ਕੋਲੰਬਸ ਦਾ ਫੋਟੋ ਹੈ ਜਿਹੜਾ ਦੱਸਦੇ ਮੈਂ ਤੁਸਾਂ ਪੜ੍ਹੇ ਲਿਖੇ ਜਿਹੜੇ ਜਿੱਥੇ ਵੀ ਜੰਗ ਹੋਈ ਆ ਵਧੇਰੇ, ਉਹ ਦੱਸਦੇ ਕਿ ਕੋਲੰਬਸ ਨੇ ਅਮਰੀਕਾ ਦਰਿਆਫਤ ਕੀਤਾ ਸੀ। ਇਹਨਾਂ ਉਸਦਾ ਫੋਟੋ ਯਾਨੀ ਉਹ ਗੁੱਟ ਬਣਾ ਕੇ ਤੁਹਾਡੀ ਕਈ ਉਹਨਾਂ ਰੱਖਿਆ ਅਤੇ ਦੁਨੀਆਂ 'ਚ ਬੇਸ਼ੁਮਾਰ ਫੋਟੋ ਲੈ ਰਹੀ ਆ, ਦੇ ਰਹੀ ਆ। ਦੇਖੋ ਇਹਨਾਂ ਲੋਕਾਂ ਦੀ ਤੁਸੀਂ ਯਾਦਾਸ਼ਤ ਰੱਖੋ ਕਿ ਕਿਸ ਤਰ੍ਹਾਂ ਉਹਨਾਂ ਨੂੰ ਸੰਭਾਲ ਕੇ ਰੱਖੀ ਆ ਕਿ ਭਾਈ ਸਾਡਾ ਇਹ ਬੰਦਾ ਜਿਹੜਾ ਸੀ ਇਹ ਇਸ ਅਮਰੀਕਾ ਦਰਿਆਫਤ ਕੀਤਾ ਸੀ ਅਤੇ ਅਸੀਂ ਜਿਹੜਾ ਫਿਰ ਆਪਣੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਾ ਇਸ ਤਰ੍ਹਾਂ ਇਤਨਾ ਅਸੀਂ ਧਿਆਨ ਨਾ ਖਿਆਲ ਨਹੀਂ ਕਰਦੇ। ਇਹਨਾਂ ਚੀਜ਼ਾਂ 'ਤੇ ਸਾਨੂੰ ਜ਼ਰੂਰ ਖਿਆਲ ਕਰਨਾ ਚਾਹੀਦਾ। ਔਰ ਫਿਰ ਲੁੱਤਫਾਂ ਦੀ ਗੱਲ ਹੈ ਕਿ ਇਤਨੇ ਸਾਲ ਹੋ ਗਏ, ਚਲੋ ਇਹ ਬੁੱਧ ਬਣ ਗਿਆ, ਬਣਾ ਛੱਡਿਆ ਇਹਨਾਂ ਗੋਰਿਆਂ ਜਾਂ ਸਪੈਸ਼ਾ ਬਣਾ ਛੱਡਿਆ। ਉਸ ਜਦੋਂ ਇਸ ਅਮਰੀਕਾ ਦਰਿਆਫਤ ਹੋਇਆ ਤਾਂ ਉਸ ਦੌਰ ਜਿਸ ਕਿਸ਼ਤੀ 'ਤੇ ਹੋ ਗਿਆ, ਬਸ ਜਿਸ ਕਿਸ਼ਤੀ 'ਤੇ ਗਿਆ ਉਹ ਕਿਸ਼ਤੀ ਦੀ ਹਾਨੀ ਮੌਜੂਦ ਹੈ। ਉਹ ਮੈਂ ਹੁਣ ਤੁਹਾਨੂੰ ਦੱਸਦਾ ਤੁਸੀਂ ਦੇਰੀ ਬਾਅਦ ਭਾਈ ਉਹ ਕਿਸ਼ਤੀ ਕਿਹੜੀ ਹੈ। ਉਹ ਕਿਸ਼ਤੀ ਸਾਡੀ ਕਈ ਉਸ ਜਗ੍ਹਾ 'ਤੇ ਮੌਜੂਦ ਹੈ, ਉਹਨਾਂ ਸਵਾਦੀ ਹੈ। ਉਹਨਾਂ ਦੇ ਇਸ ਕਿਸ਼ਤੀ ਵਿੱਚ ਉਹਨਾਂ ਟਿਕਟ ਰੱਖੇ ਹੁੰਦੇ ਸਨ, ਟਿਕਟਾਂ ਬੰਦੇ ਲੈਂਦੇ ਸਨ, ਅੰਦਰ ਜਾਂਦੇ ਸਨ, ਅੰਦਰ ਜਾ ਕੇ ਤਾਂ ਫਿਲਮਾਂ ਬਣਾਉਂਦੇ ਸਨ, ਡਕੀਏ ਕਰਦੇ ਸਨ। ਹੁਣ ਮੈਂ ਟਿਕਟ ਉਸ 'ਤੇ ਬੰਦ ਕਰ ਸਕੀ। ਹੁਣ ਤਾਂ ਸਿਰਫ ਮੈਂ ਤੁਹਾਨੂੰ ਵਿਖਾਣੀ ਹੈ ਗੁਰੂ ਖਲੋਤੀ ਸਮੁੰਦਰ ਦੇ ਵਿੱਚ ਨਾਲ ਕਿਨਾਰੇ ਜਨਾਬ ਉਹਨਾਂ ਲਾ ਕੇ ਨਾ ਉਹ ਖਲਵਾਈ ਆ। ਇਸ ਨੂੰ ਕਹਿਣੇ ਨਾ ਸਕਾਫਤ, ਪੁਰਾਣੀਆਂ ਚੀਜ਼ਾਂ ਨੂੰ ਸਾਂਭਣਾ। ਅਸੀਂ ਜਨਾਬ ਸਾਡੇ ਵਿੱਚ ਸਭ ਤੋਂ ਬੜੇ ਇਹ ਦੋ ਤਰ੍ਹਾਂ ਮੁਕਸ ਜਿਹੜੇ ਉਹ ਹੈ ਕਿ ਜਿਹੜਾ ਅਸੀਂ ਆਪਣੇ ਵੱਡੇ ਵਡੇਰੇ ਪਿਓ ਦਾਦਾ ਜਿਹੜੀ ਉਹਨਾਂ ਦੀਆਂ ਚੀਜ਼ਾਂ, ਅੱਜ ਕੱਲ੍ਹ ਮਾਡਰਨ ਦੌਰ ਆ ਗਿਆ, ਅੱਜ ਕੱਲ੍ਹ ਨਵੇਂ ਜਨਾਬ ਸੋਫੇ ਸੈੱਟ ਆ ਰਹੇ, ਨਵੇਂ ਪਲੰਗ ਆ ਰਹੇ, ਪੁਰਾਣੇ ਮਾਰੇ ਜਾ ਕੇ ਬਾਹਰ ਤਾਂ ਨਵੇਂ ਜਿਹੜੇ ਉਹ ਲੈਣ ਦੇ ਕਿਉਂਕਿ ਪੈਸਾ ਹੋ ਗਿਆ ਤਾਂ ਨਵੇਂ ਨੇ। ਇਹ ਲੋਕ ਪੁਰਾਣੀ ਚੀਜ਼ ਜ਼ਾਇਆ ਨਹੀਂ ਕਰਦੇ, ਬਿਲਕੁਲ ਨਹੀਂ ਜ਼ਾਇਆ ਕਰਦੇ। ਇੱਕ ਲੈਟਰ ਤੁਸੀਂ ਇਸ ਸਪੈਲਿਸ਼ ਨੂੰ ਦਿਓ ਨਾ, ਇਹ ਸਿਗਰਟ ਲਾਉਣ ਵਾਲਾ ਲੈਟਰ ਵੀ ਅਗਰ ਦਿਓ ਤਾਂ ਮੈਂ ਖੁਦ ਅਜ਼ਮਾਇਆ ਇਸ ਮੁਲਕ ਸਪੈਸ਼ਲੀ ਮੰਡੀ ਸਾਹਿਬ ਕਿਤੇ 20 ਸਾਲ ਤੋਂ ਬਾਅਦ ਵੀ ਉਹ ਬੰਦਾ ਮਿਲਿਆ, ਉਹ ਬੜਾ ਖੁਸ਼ੀ ਨਾਲ ਮਿਲਿਆ ਔਰ ਉਸ ਭੱਜ ਕੇ ਅੰਦਰੋਂ ਆਪਣੇ ਕਮਰੇ ਜਾ ਕੇ ਉਹ ਲੈਟਰ ਕੱਢ ਕੇ ਤੇ ਮੇਰੇ ਸਾਹਮਣੇ ਲੈਣ ਦਾ ਮੈਂ ਤੇਰਾ ਮੇਰਾ ਲੈਟਰ ਸਭ ਲਿਆ। ਅਸੀਂ ਰਾਤੀ ਰੋਟੀ ਖਾ ਕੇ ਸਵੇਰਾ ਯਾਦ ਨਹੀਂ ਰਹਿੰਦੀ ਕਿ ਸਾਨੂੰ ਰੋਟੀ ਇਸ ਬੰਦੇ ਖਵਾਈਏ, ਯਾਦ ਸਾਡਾ ਇਸ ਨਾਲ ਸਲਾਮ ਹੋ ਗਿਆ ਜਾਂ ਤਦ ਤੱਕ ਹੋ ਗਿਆ ਉਹ ਅਸੀਂ ਯਾਦ ਰੱਖਿਆ, ਬਲਕਿ ਸਾਡਾ ਉਲਟਾ ਜ਼ਹਿਨ ਹੁੰਦਾ ਕਿ ਚੰਗਾ ਬੁੱਥਾ ਲਾ ਲਿਆ, ਅੱਜ ਇਸ ਕੋਲ ਖਾਧੀ ਹੈ, ਕੱਲ੍ਹ ਦੂਜੇ ਕੋਲ ਖਾ ਲਾ। ਇਹ ਚੀਜ਼ਾਂ ਨਾ ਕਰੋ, ਇਹ ਚੀਜ਼ਾਂ ਨਾ ਕਰੋ। ਜਿਸ ਤਰੀਕੇ ਨਾਲ ਤੁਹਾਡੀ ਉਸ ਪਿਆਰ ਮੁਹੱਬਤ ਨਾਲ ਰੋਟੀ ਬਣਾਈਏ ਜਾਂ ਜਿਹੜੀ ਵਿਸ਼ਾ ਉਹ ਦਿੱਤੀ ਹੈ ਉਸਨੂੰ ਸੰਭਾਲੋ। ਔਰ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖਾਇਆ ਨਾ ਕਰੋ। ਇਹਨਾਂ ਮੁਲਕਾਂ ਦੇ ਮੈਂ ਖਾਸ ਕਰ ਦੋ ਮੁਲਕ ਵੇਖੇ, ਇੱਕ ਸਪੈਨ, ਇੱਕ ਯੂਕੇ ਇੰਗਲੈਂਡ। ਆਮ ਇਤਵਾਰ ਨੂੰ ਮੰਡੀ ਲਈ, ਉਸ ਮੰਡੀ ਵਿੱਚ ਪੂਰੀ ਤਿਆਰ ਉਹ ਗੋਰੇ ਸਮਾਨ ਲਿਆ ਕੇ ਨਾ ਪੁਰਾਣਾ, ਉਹ ਟੇਪ ਚਾ ਲਿਆਉਂਦੀ ਹੈ, ਕੋਈ ਜਨਾਬ ਟੀਵੀ ਚਾ ਲਿਆਉਂਦਾ, ਕਿਸੇ ਜਨਾਬ ਮੋਬਾਈਲ ਲਿਆਉਂਦਾ ਕੋਈ ਪੁਰਾਣਾ। ਇਹ ਨਹੀਂ ਬਈ ਉਹ ਖਤਮ ਹੋਏ, ਉਹ ਚਲਦੇ ਲੇਕਿਨ ਉਹਨਾਂ ਦੇ ਕਾਗਜ਼ਾਂ ਵਿੱਚੋਂ ਪੁਰਾਣਾ ਹੋ ਰਿਹਾ। ਕੋਈ 5 ਪਾਊਂਡ ਦਾ ਦੇ ਰਿਹਾ, ਕੋਈ 2 ਪਾਊਂਡ ਦਾ ਦੇ ਰਿਹਾ। ਬੰਦਾ ਹੈਰਾਨ ਹੋ ਜਾਂਦਾ, ਯਾਰ ਬਈ 2 ਪਾਊਂਡ ਦਾ ਯਾਰ VCR 1 ਪਾਊਂਡ ਦਾ ਕਿਸ ਤਰ੍ਹਾਂ ਮਿਲਦਾ? ਲੇਕਿਨ ਉਹ ਕਹਿੰਦੇ ਨਹੀਂ, ਇਹ ਕਿਸੇ ਦੇ ਕੰਮ ਆਉਣਾ ਚਾਹੀਦਾ। ਅਸੀਂ 100 ਚੀਜ਼ ਪੁਰਾਣੀ ਹੋਈ ਜਾਂਦੀ ਹੈ, ਅਸੀਂ ਉਸੇ ਟਾਈਮ ਜਾ ਕੇ ਨਾ ਬਾਹਰ ਗਲੀ 'ਚ ਵਗਾ ਛੱਡਦੇ ਹਾਂ। ਖਾਸ ਕਰ ਵੱਡੀਆਂ ਵਡੇਰਿਆਂ ਦੇ ਸਾਧੂ ਸਮਾਨ ਪੰਜਾਂ ਬਿਸਤਰੇ ਚਾਹ ਵਗਾ ਕੇ ਮਾਰੇ ਗਲੀ 'ਚ ਤਾਂ ਉਹ ਨਵੇਂ ਲੈ। ਇਹਨਾਂ ਚੀਜ਼ਾਂ ਤੋਂ ਬਚੋ। ਤਾਂ ਹੁਣ ਮੈਂ ਤੁਹਾਨੂੰ ਜਨਾਬ ਜਾ ਕੇ ਦੱਸਦਾ ਉਹ ਕਿਸ਼ਤੀ, ਉਹ ਜਿਹੜੀ ਗਲੋਬਲ ਸਿਸਟੇ ਪਿਆਰ ਸੀ।